بسم اللہ الرحمن الرحیم السلام علیکم ناظرین کرام شویول طف حاضر خدمت ہے سارے دن دیاں ٹاپ سٹوریز لے کے تے جلدی جلدی انہاں دا ایک ریویو لے لینے ہیں کیونکہ اسی محسوس کردے ہیں کہ جਦੋਂ ویڈیو جیڑی ہے نا وہ 5 7 10 منٹ تو بس جاندی ہے تے پھر ਤੁਸੀਂ بھی بور ہونا شروع ہو جاندے ہیں مقصد یہی سی کہ سارے دن دیاں خبراں نو اکٹھا کریے تے اکو جگہ دے اُتے انہاں دا کوئک جیتاں ریویو دے دیے تاکہ ਤੁਸੀਂ بور بھی نہ ہوو تے تھانوں پتہ بھی لگ جاوے کہ چل کی رہیا ہے ملک دے وچ اور خاص خاص خبراں جنوں ہائی لائٹس کہندے ہیں او جلدیل تہاڈے اگے گزار دیے تے اج دیاں کی نے ਵੱਡਾ ਫੈਸਲਾ ਹੋ ਗਿਆ ਹਕੂਮਤ ਦਾ ਇੱਕ એનર્ਜੀ ਸੇਵਰ ਮਨਸੂਬਾ ਹੈ ਡਿਸਕਸ ਕਰਾਂਗੇ ਔਰ ਉਥੇ ਰੱਦ ਅਮਲ ਕੀ ਆਇਆ ਉਹ ਵੀ ਤੁਹਾਨੂੰ ਦੱਸਾਂਗੇ ਇੱਕ ਹੋਰ ਮਜ਼ੀਦ ਟੈਕਸ ਕੱਲ ਇੱਕ ਦੱਸਿਆ ਸੀ ਤੁਹਾਨੂੰ ਤੇ ਇੱਕ ਹੋਰ ਟੈਕਸ ਲੱਗਾ ਹੋਇਆ ਆਲਰੇਡੀ ਹੁੰਦਾ ਹੈ ਉਹ ਉਹਨੂੰ ਵਧਾਉਣ ਦੀ ਤਜਵੀਜ਼ ਆਈ ਹੈ ਉਹ ਕੀ ਹੈ ਉਸਤੇ ਵੀ ਗੱਲਬਾਤ ਕਰਦੇ ਆ ਆਜ਼ਮ ਸਵਾਤੀ ਦੀ ਕੱਲ ਅਸੀਂ ਕਿਹਾ ਸੀ ਕਿ ਹਾਈ ਕੋਰਟ ਨੇ ਫੈਸਲਾ ਕਰ ਲਿਆ ਲੇਕਿਨ ਰਿਹਾਈ ਨਹੀਂ ਸੀ ਕੀਤਾ ਲੱਕੀਲੀ ਅੱਜ ਉਹਨਾਂ ਨੂੰ ਗੁੱਡ ਡੇ ਉਹਨਾਂ ਵਾਸਤੇ ਆਜ਼ਮ ਸਵਾਤੀ ਰਿਹਾਈ ਕਰਤੇ ਗਏ ਨੇ ਬੜਿਆ ਫੁੱਲਪਤੀਆਂ ਨੇ ਸਵਾਗਤ ਵੀ ਹੋਇਆ ਹੈ ਅੱਛਾ ਉਸ ਤੋਂ ਬਾਅਦ ਇਮਰਾਨ ਖਾਨ ਨੇ ਜਿਹੜੀ ਲਈ ਕੋਈ ਲਫ਼ਜ਼ੀ ਗੋਲਾਬਾਰੀ ਠਾ ਠਾ ਕਰਕੇ ਕੀਤੀ ਹੈ ਉਹਨਾਂ ਨੇ ਕੀ ਕਿਹਾ ਬਸ ਸ਼ਾਰਟ ਸ਼ਾਰਟ ਦੋ ਚਾਰ ਲਫ਼ਜ਼ਾਂ ਜੋ ਵੀ ਦੱਸਾਂਗੇ ਬਲਾਵਲ ਨੇ ਅਟੈਕ ਕੀਤਾ ਹੈ ਕਿਸ ਤੇ ਕੀਤਾ ਹੈ ਇਹ ਵੀ ਗੱਲ ਕਰਾਂਗੇ ਪੀ ਐਮ ਐਲ ਐਨ ਪਾਕਿਸਤਾਨ ਮੁਸਲਮ ਲੀਗ ਨਵਾਜ਼ ਦਾ ਇੱਕ ਵੱਡਾ ਵੱਡਾ ਬਹੁਤ ਵੱਡਾ ਉਹਦਾ ਜਿਹੜਾ ਉਹ ਵੀ ਕਿਸੇ ਨੂੰ ਅਲਰਟ ਕਰਦਾ ਗਿਆ ਕਿ ਇਹਨੂੰ ਕੀਤਾ ਦੱਸਦੇ ਮਹਿੰਗਾਈ ਤੁਹਾਨੂੰ ਪਤਾ ਹੈ ਕਿ ਸਦਾ ਤੋਂ ਸਾਡਾ ਰੋਣਾ ਹੈ ਮਹਿੰਗਾਈ ਉਹ ਕਿੱਥੇ ਤੱਕ ਚਲੀ ਗਈ ਏ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ 490 ਤੋਂ 510 ਰੁਪਏ فی ਕਿਲੋ ਤੱਕ ਉਹਦੀ ਵੀ ਗੱਲ ਕਰਦੇ ਆ ਤੇ ਦੋ ਵੱਡੀਆਂ ਪਾਰਟੀਆਂ ਦਰਮਿਆਨ ਚੁੰਝਾਂ ਫਸ ਗਈਆਂ ਨੇ ਫਿਰ ਜਿਹੜੀਆਂ ਕਿ ਆਪਸ 'ਚ ਅਲਾਏ ਨੇ ਆਪਸ 'ਚ ਇੱਕ ਦੂਸਰੇ ਨਾਲ ਜਿਹੜੀ ਆ ਉਹ ਉਹਨਾਂ ਦੀ ਇਹ ਰੋਮਾਂਸ ਚੱਲ ਰਹੀ ਸੀ ਕੋਲੀਸ਼ਨ ਗਵਰਨਮੈਂਟ ਸੀ ਉਹਨਾਂ ਦੇ ਸਿੰਘ ਫਸ ਗਏ ਨੇ ਇਹ ਨੇ ਅੱਜ ਦੀਆਂ 6-7 ਜਿਹੜੇ ਪੁਆਇੰਟ ਸੀ ਮੇਨ ਮੇਨ ਤੇ ਐਂਡ ਤੇ ਤੁਹਾਡਾ ਨਾਲ ਇੱਕ ਛੋਟੀ ਜੀ ਦਿਲ ਦੀ ਗੱਲ ਵੀ ਕਰਨੀ ਏ ਉਹ ਮੈਂ ਅੱਜ ਸਾਰੇ ਦਿਨ ਦਾ ਆਪਣੇ ਦਾ ਸਾਢੇ ਵੇਰ ਨਾ ਕਰਨਾ ਹੁੰਦਾ ਜਦੋਂ ਤਫਸੀਲ ਤੇ ਜਾਂਦੇ ਕਿ ਵੱਡਾ ਫੈਸਲਾ ਹੋ ਗਿਆ ਜਨਾਬ ਫੈਸਲਾ ਹਕੂਮਤ ਨੇ ਖਾਜਾ ਆਸਫ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕਰਦੇ ਹਾਂ ਜਨਾਬ ਅਨਾਉਂਸ ਕਰ ਦਿੱਤਾ ਹੈ ਕਿ એનર્ਜੀ ਸੇਵਰ ਮਨਸੂਬਾ ਹੈ ਗਵਰਨਮੈਂਟ ਦਾ 8 ਮੈਕਸਿਮਮ 8:30 ਵਜੇ ਮਾਰਕੀਟਾਂ ਬੰਦ ਤੇ 10 ਵਜੇ ਸ਼ਾਦੀ ਹਾਲ ਬੰਦ ਕਰ ਦਿਓ ਬੱਤੀਆਂ ਬੁਝਾ ਦਿਓ ਲਾਈਟਾਂ ਆਫ ਕਰ ਦਿਓ ਨੇਰਾ ਕੋ ਘਨੇਰ ਕਰ ਦਿਓ ਕੋਈ ਲੋੜ ਨਹੀਂ ਕਿਸੇ ਕਿਸਮ ਦੀ ਰੋਸ਼ਨੀ ਕਰਨ ਦੀ ਵੀ ਤੇ ਕੱਖ ਵੀ ਨਹੀਂ ਲੋੜ ਹੈਗੀ ਇਸ ਕੌਮ ਨੂੰ ਰੋਸ਼ਨੀ ਦੀ ਉਹਨਾਂ ਨੂੰ ਨੇਰਿਆਂ 'ਚ ਹੀ ਰਹਿਣ ਦਿਓ ਇਹ ਨਾਜ਼ਰੀਨ ਫੈਸਲਾ ਕੀਤਾ ਤੇ ਖਾਜਾ ਆਸਫ ਸਾਹਿਬ ਨੇ ਮਜ਼ੀਦ ਉਹ ਚ ਕੀ ਕਿਹਾ ਉਹਨਾਂ ਨੇ ਕਿਹਾ ਜੀ ਸਾਡੀਆਂ ਜਿਹੜੀਆਂ ਮੋਟਰਸਾਈਕਲਾਂ ਨਾ ਉਹ ਕਿੰਨਾ 3 ਅਰਬ ਡਾਲਰ ਓਏ ਹੋਏ 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 3 ਅਰਬ ਡਾਲਰ ਦਾ ਸਾਲਾਨਾ ਸਿਰਫ ਮੋਟਰਸਾਈਕਲਾਂ ਜਿਹੜੀਆਂ ਉਹ ਪੈਟਰੋਲ ਪੀ ਜਾਂਦੀਆਂ ਤੇ ਘਟਾਓ ਕੰਮ ਨੂੰ ਉਹਨਾਂ ਨੇ ਕਿਹਾ ਜੀ ਉਹ ਦੂਸਰੀਆਂ ਈ ਮੋਟਰਸਾਈਕਲਾਂ ਲੈ ਕੇ ਆਵਾਂਗੇ ਉਹਨੂੰ ਮੋਟਰ ਨਹੀਂ ਲੱਗੀ ਹੁੰਦੀ ਤੇ ਬਿਜਲੀ ਚੱਲਦੀ ਹੈ ਚਾਰਜਿੰਗ ਤੇ ਘਰ ਆ ਕੇ ਲਾ ਦਿਓ ਮੋਟਰਸਾਈਕਲ ਤੇ 10 ਕਿਲੋਮੀਟਰ ਦੂਰ ਚਲੋ ਉਸ ਤੋਂ ਬਾਅਦ ਪੈडल ਮਾਰ ਕੇ ਘਰਾਂ ਨੂੰ ਆ ਜਾਓ ਈ ਮੋਟਰਸਾਈਕਲਾਂ ਕਹਿੰਦੇ ਜੀ ਇਹ এনवायरमेंट ਫ੍ਰੈਂਡਲੀ ਵੀ ਨੇ ਤੇ ਪੈਟਰੋਲ ਦੀ ਬਚਤ ਵੀ ਹੋਏਗੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਫਿਲਾਮੈਂਟ ਵਾਲੇ ਬਲਬ ਜਿਹੜੇ ਗੋਲ ਬਲਬ ਹੁੰਦੇ ਸੀ ਇਹਨਾਂ ਦੇ ਵਿੱਚ ਅੱਗੇ ਉਹ ਧਾਗਾ ਜਿਹਾ ਹੁੰਦਾ ਸੀ ਉਹ 1 ਫਰਵਰੀ ਤੋਂ ਬਿਲਕੁਲ ਬੈਨ ਕਰਤੇ ਜਾਣਗੇ ਪੂਰੇ ਪਾਕਿਸਤਾਨ ਦੇ ਵਿੱਚ ਇਹ ਵੀ ਇੱਕ ਬ੍ਰੇਕਿੰਗ ਨਿਊਜ਼ ਸੀ ਅਗਰ ਹੈਗੇ ਨੇ ਤੇ ਉਹ ਕਿਤੇ ਇਸਤੇਮਾਲ ਉਸਤਮੂਲ ਕਰ ਲੋ 1 ਫਰਵਰੀ ਤੋਂ ਬਿਲਕੁਲ ਉਹ ਬੈਨ ਹੋ ਜਾਣੇ ਨੇ ਦੂਸਰਾ ਨੇ ਕਿਹਾ ਜੀ ਕਿ ਸਰਕਾਰੀ ਮੁਲਾਜ਼ਮ ਜਿਹੜੇ ਖਾਸ ਤੌਰ ਤੇ ਫੈਡਰਲ ਦੇ ਵਫਾਕੀ ادارے ਆ ਜਿਹੜੇ ਆ ਉਹ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਕਿ ਇਸ ਤਰ੍ਹਾਂ ਕਿ ਵਰਕ ਫਰਮ ਹੋਮ ਵਾਲੀ ਕੋ ਤਰਤੀਬ ਕਰ Đੀਏ ਜਾਂ ਉਹਨਾਂ ਨੂੰ ਕੋ ਘਰਾਂ ਚ ਰੱਖ ਕੇ ਕੰਮ ਇਸ ਤਰ੍ਹਾਂ ਕੀਤਾ ਕਿ ਉਹ ਆਲਟਰਨੇਟ ਡੇਸ ਦੇ ਵਿੱਚ ਜਿਹੜਾ ਵਕ ਚਲਾਈਏ ਤੇ 30% ਜਿਹੜਾ ਉਹਨਾਂ ਤੋਂ ਵੀ એનર્ਜੀ ਬਚਾਣੀ ਆ ਸਰਕਾਰੀ ਮੁਲਾਜ਼ਮੀਆਂ ਤੋਂ ਵੀ 30% એનર્ਜੀ ਖਾਜਾ ਆਸਫ ਸਾਹਿਬ ਬਚਾਉਣ ਦਾ ਰਜ਼ਾ ਰੱਖਦੇ ਨੇ ਇਸ ਤਲਾਅ ਉਹਨਾਂ ਨੇ ਕਹੇ ਜੀ ਸਟਰੀਟ ਲਾਈਟਾਂ ਔਰ ਇਹ ਵਾ ਜਿੱਥੋਂ ਵੀ ਜਿੰਨੀ ਵੀ ਬਚਤ ਹੋ ਸਕਦੀ ਅੱਛੀ ਗੱਲ ਹੈ ਬਚਤ ਕਰਨਾ ਅੱਛੀ ਗੱਲ ਹੈ ਲੇਕਿਨ ਆਪਣੇ ਖਰਚੇ ਨਾ ਘਟਾਇਓ ਖੁਦਾ ਦਾ ਵਾਸਤਾ ਬਿਲਕੁਲ ਨਾ ਘਟਾਇਓ ਉਹਨਾਂ ਹੀ ਪ੍ਰੋਟੋਕੋਲ ਰੱਖੋ ਉਹਨਾਂ ਹੀ ਬਕ ਬਕਵਾਸ ਰੱਖੋ ਉਹਨਾਂ ਹੀ ਗੱਡੀਆਂ ਦੇ ਡੀਜ਼ਲ ਸਾੜੋ ਦੌਰੇ ਕਰੋ ਬਾਹਰਲੇ ਆਉਣੀਆਂ ਜਾਣੀਆਂ ਦੇਖੋ ਕੌਮ ਦੇ ਉੱਤੇ ਬੇੜੇ ਘਰ ਕਰਦੋ ਕੌਮ ਦੇ ਆਪਣਾ ਕੋਈ ਛਾ ਖਰਚੀਆਂ ਨਾ ਘਟਾਇਓ ਆਪਣੇ ਪ੍ਰੋਟੋਕੋਲ ਮਤ ਘਟਾਇਓ ਇਸ ਕੌਮ ਦੇ ਉਹਨੂੰ ਤੁੰਨੀ ਜਾਓ ਤੁੰਨੀ ਜਾਓ ਲੋਡ ਉੱਤੇ ਹੋਰ ਜਿਹੜਾ ਇਹ ਨਾਜ਼ਰੀਨ ਤਾਜਰਾਂ ਨੇ ਇਸ ਦੇ ਉੱਤੇ ਬੜਾ ਸਖਤ ਰੱਦਿਆਮਲ ਦਿੱਤਾ ਹੈ ਪੂਰੇ ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ ਪੰਜਾਬ 'ਚ ਔਰ ਪੰਜਾਬ 'ਚ ਵੀ ਤੁਹਾਨੂੰ ਪਤਾ ਹੈ ਕਿ ਫੈਸਲਾਬਾਦ ਲਾਹੌਰ ਮੇਰਾ ਸ਼ਹਿਰ ਜਿਹੜਾ ਉਹ ਹੱਬ ਹੈ ਟੈਕਸਟਾਈਲ ਦਾ ਔਰ ਤਾਜਰਾ ਨੇ ਸਨਤਕਾਰਾਂ ਨੇ ਬਹੁਤ شدید ਮਜ਼ਮ ਅਲਫਾਜ਼ ਤੇ ਮਜ਼ਮਤ ਕੀਤੀ ਹੈ ਅਸੀਂ ਕੁਝ ਸਰਵੇ ਵੀ ਕਰ ਰਹੇ ਸੀ ਇੱਕ ਦੋ ਦਿਨ ਪਹਿਲੇ ਕਿ ਹਕੂਮਤ ਅਗਰ ਇਹ ਫੈਸਲਾ ਇੰਪੋਜ਼ ਕਰਦੀ ਹੈ ਤਾਂ ਉਹਦਾ ਰਿਐਕਸ਼ਨ ਕੀ ਆਏਗਾ ਤੇ 90% ਲੋਕਾਂ ਨੇ ਇਹ ਕਿਹਾ ਸੀ ਕਿ ਭਾਈ 5:30 5:00 ਵਜੇ ਤੇ ਦਫ਼ਤਰਾਂ ਚੋਂ ਨਿਕਲੀਦਾ ਹੈ ਛੁੱਟੀ ਹੁੰਦੀ ਹੈ ਨਾ ਤੋ ਕੇ ਘਰਾਂ 'ਚ ਜਾਈਦਾ ਜਦੋਂ ਤੱਕ ਉਹ ਲਿਸਟ ਲੱਭ ਜਾਂਦੀ ਹੈ ਸ਼ਾਪਿੰਗ ਦੀ ਐਡੀ ਵੱਡੀ ਬੇਗਮ ਸਾਹਿਬਾ ਵਾਲੋਂ ਤੇ ਬੱਚਿਆਂ ਵਾਲੋਂ ਕਿ ਆ ਸ਼ੈ ਲਿਆਉਣੀ ਆ ਸ਼ੈ ਲਿਆਉਣੀ ਤੇ ਜਿਹੜਾ ਮੇਨ ਬਾਜ਼ਾਰਾਂ 'ਚ ਉਹਦਾ ਫੈਸਲਾ ਬਾਅਦ ਦੇ 8 ਬਾਜ਼ਾਰ ਨੇ जिन्ने कोई 18 15 20 किलोमीटर ਤੋਂ ਟ੍ਰੈਫਿਕ ਚ ਫਸਦੇ ਫਸਾਉਂਦੇ ਨੇ ਪਹੁੰਚਣਾ ਉਹਨੇ 8 ਵਜੇ ਤਾਂ ਬਾਜ਼ਾਰ ਚ ਪਹੁੰਚਣਾ ਅੱਗੋਂ ਪਤਾ ਲੱਗਣਾ ਸ਼ਟਰ ਸੁੱਟ ਦਿੱਤੇ ਤੇ ਇਹ ਨਾਕਾਬਲ ਅਮਲ ਹੈ ਸਾਡਾ ਮਜ਼ਾਜ ਪਹਿਸੀयत ਕੌਮ ਜਿਹੜਾ ਉਹ ਇਸ ਤਰ੍ਹਾਂ ਦਾ ਕਿ ਅਸੀਂ ਲੇਟ ਸੁੱਤੇ ਉੱਠਦੇ ਹਾਂ ਲੇਟ ਕਾਰੋਬਾਰਾਂ ਤੇ ਜਾਂਦੇ ਹਾਂ ਔਰ ਦੁਕਾਨਦਾਰ ਹਜ਼ਾਰ ਤਾਜਰਾ ਨੇ ਵੀ ਇਹ ਹੀ ਕਿਹਾ ਕਿ ਭਾਈ 8 8:30 ਪੂਰੀ ਪੀਕ ਦਾ ਟਾਈਮ ਹੁੰਦਾ ਸਾਡਾ ਕਿਸ ਤਰ੍ਹਾਂ ਉਹਨੂੰ ਬੰਦ ਕਰ ਦਈਏ ਭੁੱਖੇ ਅੱਗੇ ਮਰਨ ਦੇ ਆ ਬਿੱਲ ਦਿੱਤੇ ਨਹੀਂ ਜਾ ਰਿਹਾ ਦੁਕਾਨਾਂ ਦੇ ਕਿਰਾਏ ਨਹੀਂ ਦਿੱਤੇ ਜਾ ਰਹੇ ਜੇ ਅਗਰ 8 ਵਜੇ ਜ਼ਬਰਦਸਤੀ ਸ਼ਟਰ ਡਾਊਨ ਕਰਾਉਣ ਨਹੀਂ ਮਹਿਸ਼ੇਤ ਤੇ ਤਾਂ ਗੱਲ ਹੀ ਨਹੀਂ ਕਰਨੀ 나ਜ਼ਰੀ ਮੈਨੂੰ ਬਾਰ ਬਾਰ ਚੇਤਾ ਆ ਜਾਂਦਾ ਬਿਲਕੁਲ ਮਹਿਸ਼ੇਤ ਤੇ ਆਪਾਂ 1 ਪੁਆਇੰਟ ਵੀ 1% ਵੀ ਗੱਲ ਨਹੀਂ ਕਰਨੀ 2 ਸਾਲ ਜੇਲ੍ਹੇ ਤਾਂ ਗਵਰਨਮੈਂਟ ਯੂਟਿਊਬਰਾਂ ਨੂੰ ਖਾਸ ਤੌਰ ਤੇ ਬਹੁਤ ਚੁੱਕ ਰਹੀ ਹੈ ਅੱਛਾ ਇਹ ਸੀ ਐਨਰਜੀ ਸੇਵਰ ਮਨਸੂਬਾ ਮੈਂ ਤੁਹਾਨੂੰ ਦੱਸਦਾ ਕਿ ਗਵਰਨਮੈਂਟ ਨੇ ਕੀ ਕੀਤਾ ਔਰ ਤਾਜਰਾ ਨੇ ਉਸ ਤੇ ਰੱਦ ਅਮਲ ਦਿੱਤਾ ਕਿ ਮੈਂ ਅਸੀਂ ਇਹਨੂੰ ਬਿਲਕੁਲ ਨਹੀਂ ਮੰਨਦੇ ਰਿਜੈਕਟ ਕਰਦੇ ਮੈਂ ਤੁਹਾਨੂੰ ਦੱਸਿਆ ਕਿ ਪੈਟਰੋਲ ਆਪਣਾ ਲੇਵੀ ਜਿਹੜੀ ਹੁੰਦੀ ਹੈ ਪੈਟਰੋਲੀਅਮ ਮਸਨੂਆਦ ਦੇ ਉੱਤੇ ਲੇਵੀ ਵਿਧਾਨ ਦੀ ਜਿਹੜੀ ਹੈ ਨਾ ਉਹ ਸੁਜੈਸ਼ਨ ਚਲੀ ਗਈ ਹੈ ਗਵ ਅੱਗੇ ਸੀ ਜਨਾਬ 70 ਰੁਪਏ ਪਰ ਲੀਟਰ ਲੇਵੀ ਜਿਹੜੀ ਟੈਕਸ ਹੁੰਦਾ ਗਵਰਨਮੈਂਟ ਲੈ ਰਹੀ 70 ਰੁਪਏ ਪਰ ਲੀਟਰ ਅੱਗੇ ਲੇਵੀ ਲੈ ਰਹੀ ਸੀ ਉਹ ਹੁਣ ਜਨਾਬ ਪ੍ਰਪੋਜ਼ਲ ਦਿੱਤਾ ਗਿਆ ਕਿ ਉਹਨੂੰ 70 ਤੋਂ ਵਧਾ ਕੇ ਨਾ ਸਿਰਫ 100 ਰੁਪਏ ਕਰ ਦਿਓ ਹਾਂਜੀ ਅੱਖਾਂ ਖੁੱਲ ਗਈਆਂ ਨਾ ਬਲਕਿ ਪਾਟਨ ਵਾਲੀਆਂ ਹੋ ਗਈਆਂ ਮੇਰਾ ਵੀ ਇਹੀ ਹਾਲ ਬੜਿਆ ਨਾਜਰੀਨ ਮੈਂ ਸੋਚਣਾ ਖੋਤਾ ਕਰੋਲਾ ਲੈ ਲਈ ਹੁਣ ਗੱਡੀ ਵੇਚ ਕੇ ਪੈਟਰੋਲ ਦਾ ਪੂਰਾ ਨਹੀਂ ਹੋਣਾ ਮਤਲਬ ਆਲਮੋਸਟ ਰਫ ਮਾਫ ਕਰਨਾ ਰਫ ਜਿਹਾ ਵੀ ਅਗਰੇ ਇਹ ਤੋਂ ਅਸੀਂ ਐਸਟੀਮੇਟ ਕਰੀਏ ਕਿ 300 ਰੁਪਏ ਆਇਂਦਾ ਦਿਨਾਂ ਦੇ ਵਿੱਚ ਪੈਟਰੋਲ ਤੁਹਾਨੂੰ ਫਿਰ ਤਹਾਂ ਜਾਂਦਾ ਨਜ਼ਰ ਆ ਰਿਹਾ ਤੇ ਹੋਰ ਚੁੱਪੋ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਇਹ ਪੈਟਰੋਲੀਅਮ ਅਸਨੂਆਤ ਦੇ ਉੱਤੇ 70 ਰੁਪਏ ਤੋਂ ਵਧਾ ਕੇ ਲੇਵੀ ਜਿਹੜੀ ਹੈ ਉਹ 100 ਰੁਪਏ ਕਰਨ ਦਾ ਫੈਸਲਾ ਤਜਵੀਜ਼ ਦਿੱਤੀ ਹੈ ਫੈਸਲਾ ਥੋੜੇ ਦਿਨਾਂ ਤੱਕ ਆ ਜਾਏਗਾ ਅਗਲੀ ਖਬਰ ਤੇ ਚੱਲਦੇ ਆ ਆਜ਼ਮ ਸਵਾਤੀ ਸਾਹਿਬ ਨੂੰ ਰਿਹਾਈ ਮਿਲ ਗਈ ਜਨਾਬ ਪੀਟੀਆਈ ਰਹਿਮਾਵਾ ਨੇ ਬੜਾ ਫੁਲਾਣਾ ਇਸਤਕਬਾਲ ਕੀਤਾ ਹੈ ਬੜੀ ਅੱਛੀ ਗੱਲ ਹੈ ਲੇਕਿਨ ਇਸ ਬਾਬੇ ਨੇ ਇਸ 75 ਸਾਲਾ ਬਜ਼ੁਰਗ ਨੇ ਬੜੀ ਤੰਗੀ ਕ ਕਿਉਂਕਿ ਸਭ ਤੋਂ ਘੱਟ ਤਾਂ ਦਰਜੇ ਦਾ ਜਿਹੜਾ ਹੈ ਕਿ ਬੁਰਾਈ ਨੂੰ ਤੁਸੀਂ ਕਮਜ਼ ਕਮ ਬੁਰਾ ਤੇ ਕਹੋ ਨਾ ਮਤਲਬ ਇੱਕ ਇੱਕ ਟਵੀਟ ਦੇ ਉੱਤੇ ਇੱਕ ਸਵਾਲ ਪੁੱਛਣ ਦੇ ਉੱਤੇ ਉਹਨਾਂ ਦੇ ਉੱਤੇ ਪਰਚੇ ਬੇਜ ਆ ਕਦੀ ਉਹਨਾਂ ਨੂੰ ਆਪਣਾ ਬਲੋਚਿਸਤਾਨ ਦੇ ਪੁਲਿਸ ਚੁੱਕੇ ਲਿਆ ਰਹੀ ਹੈ ਕਦੀ ਸਿੰਧ ਦੀ ਪੁਲਿਸ ਚੁੱਕੇ ਲਿਆ ਰਹੀ ਹੈ ਛਿੱਤਰੋ ਛਿੱਤਰੀ ਹੋ ਰਿਹਾ ਹੈ ਕੱਪੜੇ ਉਹਨਾਂ ਦੇ ਉਤਾਰ ਦਿੱਤੇ ਫਿਰ ਉਹਨਾਂ ਦੀ ਸਭ ਤੋਂ ਵੱਡੀ ਬੇਹੂਦਗੀ ਬੇਹਿਆਈ ਵਾਹੀਅਤੀ ਜਿਹੜੀ ਇਹਨੂੰ ਅਸੀਂ ਕਿੰਨੇ ਉਹ ਇਹ ਕਿ ਉਹਨਾਂ ਦੀ ਹੋਰ ਉਹਨਾਂ ਦੀ ਵਾਈਫ ਦੀ ਖਲਵਤ ਦੀ ਜਿਹੜੀ ਹੈ ਵੀਡੀਓ ਬਣਾ ਕੇ ਤੇ ਉਹਨਾਂ ਦੀ ਬੇਟੀ ਨੂੰ ਕਿੱਡੀ ਕਿ ਕਿਸੇ ਵੀ ਮਤਲਬ ਕੌਮ ਦਾ ਕਿੱਡਾ ਵੱਡਾ ਹਲਮੀਆ ਹੋ ਸਕਦਾ ਕਿੰਨੀ ਵੱਡੀ اخਲਾਕੀ ਗ੍ਰਾਵਿਟੀ ਹੋ ਸਕਦੀ ਹੈ ਕਿ ਤੁਸੀਂ ਕਿਸੇ ਜ਼ਈਫ ਆਦਮੀ ਦੀ ਸੈਨੇਟਰ ਹੈ ਫਿਰ ਆਮ ਆਦਮੀ ਹੋre ਇਨਸਾਫ ਦੀ ਖਾਤਰ ਦਰਦਰ ਫਿਰਦਾ ਰਿਹਾ ਅੱਜ ਉਹਨਾਂ ਦੀ ਸੁਣੀ ਗਈ ਹੈ ਦੇਖੋ ਹੁਣ ਬਾਹਰ ਨਿਕਲ ਕੇ ਕੀ ਸਟੇਟਮੈਂਟ ਦਿੰਨ ਬਰਲੇ ਦੀ ਖਬਰ ਸੀ ਕਿ ਆਜ਼ਮ ਸਵਾਤੀ ਸਾਹਿਬ ਬਾਹਰ ਆ ਗਏ ਨੇ ਅਤੇ ਫਲਾਣਾ ਨਾਟਕ ਹੋ ਗਿਆ ਇਸਤਕਬਾਲ Imran Khan ਸਾਹਿਬ ਨੇ ਜਨਾਬ ਕਿਹਾ ਹੈ ਕਿ ਸਿਰਫ ਉਹਨਾਂ ਦੇ ਮੈਂ ਇੱਕ ਦੋ ੜੇ ਤੁਹਾਨੂੰ ਨੋਟਸ ਉਹ ਦੱਸ ਦਿਨਾ ਉਹਨਾਂ ਨੇ ਕਿਹਾ ਜੀ ਇਹ ਹਕੂਮਤ ਇਲੈਕਸ਼ਨਾਂ ਨਾ ਨਹੀਂ ਆਈ ਕਿ ਆਕਸ਼ਨ ਨਾ ਆਈ ਆਕਸ਼ਨ ਤਾਂ ਤੁਹਾਨੂੰ ਪਤਾ ਨਾ ਬੋਲੀ ਜਿਹਨੂੰ ਕਹਿੰਦੇ ਇਹ ਬੜਾ ਮੈਨੂੰ ਅੱਛਾ ਲੱਗਾ ਅਟਰੈਕਟਿਵ ਜਿਹਾ ਸਟੇਟਮੈਂਟ ਸੀ ਮੈਂ ਇਸ ਕਰਕੇ ਤੁਹਾਨੂੰ ਸ਼ੇਅਰ ਕਰਤਾ ਕਿ Imran Khan ਨੇ ਕਿਹਾ ਹੈ ਗੇ ਇਹ ਹਕੂਮਤ ਇਲੈਕਸ਼ਨਾਂ ਨਹੀਂ ਆਪਸ਼ਨ ਨਹੀਂ ਆਈਏ ਦੂਸਰਾ ਉਹਨੇ ਫਿਰ تنਕੀਦ ਕੀਤੀ ਵਾਈਟ ਪੇਪਰ ਜਾਰੀ ਕਰ ਰਹੇ ਸੀ ਅਜਮੈਸ਼ਾ ਦੇ ਉੱਤੇ ਉਹਨੇ ਕਿਹਾ ਕਿ ਜੀ ਦੋਨੋਂ ਕੌਮਾ ਗੁਲਾਮ ਹੋ ਜਾਂਦੀਆਂ ਨੇ ਫਿਰ ਮੰਨਣੀ ਪੈਂਦੀ ਹੈ ਖਾਸ ਤੌਰ ਤੇ ਜਿਹੜੇ ਤੁਸੀਂ ਆਈਐਮਐਫ ਦੀਆਂ ਜਾਇਜ਼ ਨਜਾਇਜ਼ ਸਾਰੀਆਂ ਮੰਨੋਗੇ ਤੇ ਉਹਨਾਂ ਕੋ ਗੁਲਾਮੀ ਹੀ ਤੁਹਾਨੂੰ ਕਰਨੀ ਪੈਣੀ ਉਹਨਾਂ ਦੀਆਂ ਗੱਲਾਂ ਮੰਨਣੀਆਂ ਪੈਣੀਆਂ ਅਗਰ ਆਈਐਮਐਫ ਕੋ ਜਾਣਾ ਫਿਰ ਉਹ ਜੋ ਤੁਹਾਨੂੰ ਕਹਿਣਗੇ ਅਗਰ ਉਹ ਤੁਹਾਨੂੰ ਕਹਿਣਗੇ ਕਿ ਫਰਾਨੀ ਬਿਲਡਿੰਗ ਵੇਚ ਦਿਓ ਫਰਾਨੀ ਨੂੰ ਇੰਜ ਕਰ ਦਿਓ ਆ ਗਿਰਵੀ ਰੱਖ ਦਿਓ ਇੰਜ ਕਰ ਲੋ ਇੰਨਾ عوام ਤੇ ਟੈਕਸ ਪਾ ਦਿਓ ਇੰਨੀ ਮਹਿੰਗਾਈ ਕਰ ਦਿਓ ਤੁਹਾਨੂੰ ਮ ਏਸ ইমরান ਖਾਨ ਤੇ ਜਵਾਬ ਦੇ ਵਿੱਚ ਬਲਾਵਲ ਨੇ ইমরান ਖਾਨ ਤੇ ਕਰਤਾ ਖੁਦ ਕੋਸ਼ ਹਮਲਾ ਹਾਂ ਲਫਜ਼ੀ ਗੋਲਾਬਾਰੀ ਜਿਹਨੂੰ ਅਸੀਂ ਕਹਿੰਨੇ ਉਹਨਾਂ ਜਨਾਬ ਬਹੁਤ ਸੁਣਾਈਆਂ ਨੇ ਉਹਨਾਂ ਕਿਹਾ ਜੀ ਕਿ ਬਸ ਵਾਪਸ ਆ ਜਾਓ ਅਸੈਂਬਲੀ ਦੇ ਵਿੱਚ ਨਹੀਂ ਤੇ ਜੋ ਮਰਜ਼ੀ ਕਰਦੇ ਰੋ ਇਲੈਕਸ਼ਨ ਦਾ ਖਾਬ ਨਹੀਂ ਪੂਰਾ ਹੋਏਗਾ ਤੇ ਬਲਾਵਲ ਨੇ ਵਾਪਸ ਜਵਾਬ ਦਿੱਤੇ ਨੇ ਗੈਰ ਮناسب ਜੀਆਂ ਗੱਲਾਂ ਇਹਡੀਆਂ ਹਟਫ ਕਰਦੇ ਐ ਇਸੇ ਤਰ੍ਹਾਂ ਮਰੀਮ ਮੁਹਰਮ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਥੋੜਾ ਜਿਹਾ ਸਾਰ ਕੱਢਿਆ ਅ ਅੱਗੇ ਚੱਲਦੇ ਆਂ ਪਾਕਿਸਤਾਨ ਮੁਸਲਮ لیگ نواز ਦੀ ਜਨਾਬ ਉਹ ਦੇਣਾ ਅੰਦਰੋਂ ਅੰਦਰੀ ਆਪੀ ਗੇਮ ਪਾਕ ਜਿਹੜੀ ਹੁੰਦੀ ਹੈ ਇਲੈਕਸ਼ਨ ਕਰਕੇ ਤੇ ਇੱਕ ਖਾਸ ਉਹਦਾ ਸੀਨੀਅਰ ਨਾਇਬ ਸਦਰ ਦਾ ਉਹਦਾ ਕਿਹਨੂੰ ਮਿਲ ਗਿਆ ਭਲਾ ਮਰੀਮ ਨਵਾਜ਼ ਨੂੰ ਮਰੀਮ ਨਵਾਜ਼ ਦੀ ਅਚੀਵਮੈਂਟ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਇਹ ਹੈ ਕਿ ਜਨਾਬ ਉਹਨਾਂ ਨੂੰ ਪਾਕਿਸਤਾਨ ਮੁਸਲਮ ਲੀਗ ਨਵਾਜ਼ ਦੇ ਅੰਦਰ ਸੀਨੀਅਰ ਨਾਇਬ ਸਦਰ ਪਾਕਿਸਤਾਨ ਮੁਸਲਮ ਲੀਗ ਨੂੰ ਦਾ ਉਹਦਾ ਦਿੱਤਾ ਗਿਆ ਔਰ ਪਲੱਸ ਉਹਨਾਂ ਕੋ ਐਡੀਸ਼ਨਲ ਚਾਰਜ ਕੀ ਲਗਾ ਉਹ 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 ਕਹਿੰਦੇ ਚੀਫ ਆਰਗੇਨਾਈਜ਼ਰ ਪਾਰਟੀ ਦੇ ਉਹ ਨਵੇਂ ਸਿਰੇ ਤੋਂ ਪਾਰਟੀ ਦੀ ਪੰਨ ਤੋੜ ਕਰਨ ਗਿਆ ਯੂਨੀਅਨ ਕਾਉਂਸਲ ਲੈਵਲ ਤੇ ਪਰ ਹਲ ਲੈਵਲ ਦੇ ਉੱਤੇ ਪਾਰਟੀ ਨਹੀਂ ਉਹ ਅਲ ਸਿਰੇ ਨੌਜ ਨੂੰ ਕਹਿੰਦੇ ਤਨਜ਼ੀਮ ਸਾਜ਼ੀ ਨਹੀਂ ਯਾਰ 나ਜ਼ਰੀ ਨਾ ਹੱਸੋ ਨਾ ਤਨ ਇਤਲਾਲ ਚੌਧਰੀ ਵਾਲੀ ਨਹੀਂ ਮਰੀਮ ਨਵਾਜ਼ ਆਪਣੇ ਵਾਲੀ ਤਨਜ਼ੀਮ ਸਾਜ਼ੀ ਕਰੇਗੀ ਇਹ ਉਹ ਮਰੀਮ ਨਵਾਜ਼ ਦੀ ਤਨਜ਼ੀਮ ਨੌ ਕਰਨ ਗਿਆ ਲੋਕਾਂ ਨੂੰ ਐਕਟੀਵੇਟ ਰੀਐਕਟੀਵੇਟ ਜਨਰੇਟ ਰੀਜਨਰੇਟ ਜੋ ਵੀ ਕਰਨਾ ਇਹ ਮਰੀਮ ਨਵਾਜ਼ ਇੱਕ ਦਫਾ ਪੰਨ ਤੋੜ ਕਰਕੇ ਪਾਰਟੀ ਦੀ ਖਾੜ ਵਿਛਾੜ ਕਰਕੇ ਕਿਉਂਕਿ ਉਹਨਾਂ ਨੂੰ ਮਿਲ ਗਿਆ ਜਿਹੜਾ ਹਗਾ ਉਹਦਾ ਸੀਨੀਅਰ ਨਾਇਬ ਸਦਰ ਪੀਐਮਐਲਐਨ ਤੇ ਨਾਲ ਚੀਫ ਆਰਗੇਨਾਈਜ਼ਰ ਦੀ ਪਾਰਟੀ ਦੀ ਅੱਛਾ ਜੀ ਹਲਕਾ ਬੰਦੀਆਂ ਦੇ ਉਤੇ ਦੋ ਪਾਰਟੀਆਂ ਆਈਆਂ ਨੇ ਕਰਾਚੀ ਦੇ ਵਿੱਚ ਐਮਕਯੂਐਮ ਔਰ ਆਪਣਾ ਪਾਕਿਸਤਾਨ ਪੀਪਲਜ਼ ਪਾਰਟੀ ਇਹਨਾਂ ਦੇ ਸਿੰਗਫਾਸ ਗਏ ਨੇ ਡੈਡਲੌਕ ਬਰਕਰਾਰ ਹੈ ਮਤਲਬ ਖਬਰ ਇਹ ਅੱਜ ਦੀ ਕਿ ਡੈਡਲੌਕ ਦੋਨਾਂ ਪਾਰਟੀਆਂ ਦੇ ਦਰਮਿਆਨ ਬਰਕਰਾਰ ਹੈ ਮੈਂ ਤੁਹਾਨੂੰ ਇਹ ਦੱਸਦਾ ਚੱਲਾਂ ਕਿ ਪੀਪਲ ਪਾਰਟੀ ਐਮਕਯੂਐਮ ਆਪਣਾ ਫਜ਼ਲੁਰ रहमान ਗਰੁੱਪ ਪਾਕਿਸਤਾਨ ਮੁਸਲਮਨ ਲੀਗ ਨੂਨ ਬਾਪ ਪਾਰਟੀ ਇਹ ਇੱਕ ਮਤੰਜਣ ਹੈ 13 14 ਜਮਾਤਾਂ ਦਾ ਜਿਹਦੀ ਵਜ੍ਹਾ ਤੋਂ ਇਹ ਹਕੂਮਤ ਖੜੀ ਔਰ ਸਿਰਫ ਅਗਰ ਇੱਕ ਵੀ ਪਾਰਟੀ ਕੋ 2 3 4 ਸੀਟਾਂ ਵਾਲੀ ਨਾਰਾਜ਼ ਹੁੰਦੀ ਹੈ ਔਰ ਉਹ ਨਿਕਲ ਜਾਂਦੀ ਹੈ ਤੇ ਧੜਮ ਕਰਕੇ ਇਹ ਬਿਲਡਿੰਗ ਡਿੱਗ ਪਣੀ ਹੈ ਉਹਨਾਂ 13 ਪਿਲਰਾਂ ਤੇ ਖਲੋਤੀ ਹੋਈ ਇੱਕ ਨਿੱਗੀ ਜੀ ਸ਼ਤੀਰੀ ਹੈ ਜਿਹੜੀ ਇੱਕ ਵੀ ਨਿਕਲਿਆ ਤੇ ਧੜਮ ਕਰਕੇ ਡਿੱਗ ਪਣੀ ਹੈ ਇਸ ਕਰਕੇ ਇਹ ਫੋਰ ਨਹੀਂ ਕਰ ਸਕਦੇ ਜ਼ੋਰ ਲੱਗ ਰਿਹਾ ਨੇ ਔਰ ਸਭ ਤੋਂ ਮਜ਼ੇ ਦੀ ਗੱਲ ਇਹ ਹੈ ਕਿ ਨੂਨ ਲੀਗ ਨੇ ਨਾਜ਼ਰੀਨ ਹਾਸੇ ਦਾ ਵਕਫਾ ਹੀ ਕਰ ਲੈਣ ਨੂਨ ਲੀਗ ਨੇ ਪੇਸ਼ਕਸ਼ ਕੀ ਕੀਤੀ ਹੈ ਕਿ ਅਸੀਂ ਪੀਪਲ ਪਾਰਟੀ ਤੇ ਐਮਕੇਐਮ ਦੇ ਦਰਮਿਆਨ ਸਾਲਸੀਆ ਮਜ਼ਾਕਰਾਤ ਕਰਾਉਣੇ ਹਾਏ 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 ਆ ਵੈਨ ਦੇਖਣੇ ਸੀ ਨਾਜ਼ਰੀਨ ਅਸੀਂ ਕਿ ਉਹ ਪਾਰਟੀਆਂ ਆਈਆਂ ਕਿੰਨੀਆਂ ਸੀ ਪੇਟ ਫਾੜ ਕੇ ਪੈਸੇ ਕਢ ਲਾਂਗੇ ਲਾਹੌਰ ਦੀਆਂ ਸੜਕਾਂ 'ਤੇ ਨਾ ਸੀਟਾ ਤੋਂ ਮੇਰਾ ਨਾਮ ਫਲਾਣ ਹੀ ਠੀਕ ਆ ਇਹ ਨਾ ਕਰਦੀਆ ਤਾਂ ਉਹ ਨਹੀਂ ਤਾਂ ਹੁਣ ਇੱਕ ਦੂਜੇ ਨੂੰ ਇੱਕ ਦੂਜੇ ਦੇ ਕਾਤਲ ਕਹਿੰਦੇ ਸੀ ਗਾਲਾਂ ਕੱਢਦੇ ਸੀ ਮਾਵਾ ਭੈਣਾਂ ਦੀਆਂ ਪੰਪਲੈਟ 'ਚ ਤਾਂ ਕੀ ਕੁਝ ਨਹੀਂ ਤੁਹਾਨੂੰ ਸਾਰਾ ਕੁਝ ਪਤਾ ਹੈ ਤੇ ਉਹ ਹੁਣ ਪੰਜਾਬ 'ਚ ਇੱਕ ਪਾਰਟੀ ਉੱਠ ਕੇ ਕਹਿ ਰਹੀ ਹੈ ਕਿ ਤੁਸੀਂ ਦੋਨੇ ਲੜੋ ਨਾ ਆਪਸ 'ਚ ਖੁਦਾ ਦਾ ਵਾਸਤਾ ਇਹ ਨਾ ਹੋਵੇ ਕਿ ਕਿਤੇ ਸ਼ਰਾਦਾ ਹੀ ਬिखर ਜਵੇ ਅਸੀਂ ਤੁਹਾਡੀ ਸਾਲਸੀ ਕਰਾ ਦਨੇ ਲੇਕਿਨ ਐਮਕੀਐਮ ਔਰ ਪੀਪਲ ਪਾਰਟੀ ਦੇ ਦਰਮਿਆਨ ਜਿਹੜਾ ਡ ਉਹ ਹਲਕਾ ਬੰਦਿਆਂ ਨੂੰ ਲੈ ਕੇ ਬਰਕਰਾਰ ਹੈ ਉਟੋਪੀ ਡਰਾਮਾ ਵੀ ਹੋ ਸਕਦਾ ਹੈ ਨਾਜ਼ਰੀਨ ਕਿਉਂਕਿ ਬਲਦੀਆਤੀ ਇਲੈਕਸ਼ਨ ਜਿਹੜਾ اسلامਬਾਦ ਦਾ ਇੱਕ ਫੈਸਲਾ ਹੋਇਆ ਹੈ ਇਹ ਵੀ ਹੋ ਸਕਦਾ ਹੈ ਕਿ ਇੱਕ ਪਾਰਟੀ ਕਵੇ ਕਿ ਤੂੰ ਠੀਕ ਹੈ ਤੂੰ ਰਸ ਜੀ ਤੇ ਮੈਂ ਤੈਨੂੰ ਮਨਾਣਾ ਵਾਂਗਾ ਤੇ ਇੰਜ ਕਰਕੇ ਕੋਰਟ ਤੇ ਚੱਲ ਜੂਗੀ ਗੱਲ ਤੇ ਲੰਬਾ ਹੋ ਜਾਏਗਾ ਤੁਸੀਂ ਬਹੁਤ ਸਿਆਣੇ ਹੋ ਤੁਹਾਨੂੰ ਆਪ ਸਾਰੀਆਂ ਗੱਲਾਂ ਦਾ ਪਤਾ ਤੇ ਮਹਿੰਗਾਈ ਮੈਂ ਤੁਹਾਨੂੰ ਬਕੇ ਦੱਸਿਆ ਸੀ ਕੱਲ ਵਾਲੇ ਵਲੌਗ ਦੇ ਵਿੱਚ ਕਿ ਫੈਸਲਾਬਾਦ ਦੇ ਅੰਦਰ ਫੇਰਦੇ ਆਂ ਤੁਰਦੇ ਆਂ ਗਲੀਆਂ ਚ ਜਿਹੜੇ ਸਲੇਟਾਂ ਲੱਗੀਆਂ ਹੁੰਦੀਆਂ ਉਹਨਾਂ 'ਚ 490 ਤੋਂ 510 ਰੁਪਏ ਫਰੋਖਤ ਹੋ ਰ ਕਿ ਪਿਸ਼ਾਵਰ ਦਾ ਰੇਟ ਜਿਹੜਾ 600 ਰੁਪਿਆ ਕਰਾਚੀ ਦਾ ਰੇਟ ਵੀ 600 ਰੁਪਿਆ ਇਹ ਲਾਹਲਪੁਰ ਫੈਸਲਾਬਾਦ ਦਾ 540 ਰੁਪਏ ਪਰ ਕਿਜੀ ਚਿਕਨ ਉਹ ਜਿਹੜੀਆਂ ਉਹ ਸੋਇਆਬੀਨ ਦੇ ਜਹਾਜ਼ ਫਸੇ ਜੀ ਉਹ ਨਹੀਂ ਹੈ ਤੇ ਇਹ ਚਿਕਨ ਹੋਰ ਤਾਂ ਜਾਣਾ ਇਹ ਸਾਡੀ ਪਹੁੰਚ ਤੋਂ ਦੂਰ ਹੋ ਜਾਣਾ ਇਦਾਂ ਹੀ ਲੱਗਣਾ ਜਿੱਦਾਂ ਕਿਤੇ ਛੋਟਾ ਗੋਸ਼ਤ ਤੇ ਚਿਕਨ ਬਰਾਬਰ ਹੋ ਗਏ ਆ ਇਸ ਕਰਕੇ ਇਹ ਮਹਿੰਗਾਈ ਜਿਹੜੀ ਹੈ ਇਹਨੇ ਸਤਿਆਨਾਸ਼ ਮਾਰ ਛੜਿਆ ਦਿਲ ਦੀ ਗੱਲ ਉਹ ਨਾਜ਼ਰੀ ਤੁਹਾਨੂੰ ਐਂਡ ਦੇ ਉੱਤੇ ਛੋਟੀ ਜੀ ਕਰਦਾ ਚੱਲਣਾ ਮੈਂ ਅੱਜ ਮੇਨ ਸਟ੍ਰੀਮ ਮੀਡੀਆ ਵਾਸਤੇ ਇੱਕ ਪ੍ਰੋਗਰਾਮ ਸ਼ੂਟ ਕਰਨ ਗਿਆ ਸੀ ਮੈਂ ਕਿਹਾ ਥੋੜਾ ਨਾਲ ਦ ਉਬਾਲ ਵਿਕੜ ਲਿਆ ਕਰੀਏ ਮੈਂ ਪ੍ਰੋਗਰਾਮ ਸੀ ਬੇਸਿਕਲੀ ਜਿਹੜੀਆਂ ਖੇਡਾਂ ਦੀਆਂ ਸਰਗਰਮੀਆਂ ਇਹਨਾਂ ਦੇ ਉੱਤੇ ਸਪੋਰਟਸ ਦੇ ਉੱਤੇ ਅ ਬੜੀ ਤਕਲੀਫ ਹੋਈ ਹੈ ਫੈਸਲਾਬਾਦ ਪਾਕਿਸਤਾਨ ਦਾ ਤੀਸਰਾ ਵੱਡਾ ਸ਼ਹਿਰ ਹੈ ਮੈਂ ਅਸੀ ਹੌਕੀ ਸਟੇਡੀਅਮ ਗਏ ਉਸ ਤੋਂ ਬਾਅਦ ਚੰਗ ਰੋਡ ਦੇ ਉੱਤੇ ਇੱਕ ਸਪੋਰਟਸ ਕੰਪਲੈਕਸ ਬਣਿਆ ਜਿਹਨੂੰ ਸੈਦ ਅਜਮਲ ਅਕੈਡਮੀ ਕਹਿੰਦੇ ਆ ਉਸ ਤੋਂ ਬਾਅਦ ਬੋੜਾਂ ਵਾਲਾ ਗਰਾਊਂਡ ਹੈ ਫੈਸਲਾਬਾਦ ਦੇ ਔਰ ਨਵਾਹ ਦੇ ਲੋਕ ਸਾਰੇ ਜਾਣਦੇ ਨੇ ਕਿ ਇਹ ਬੜੀਆਂ-ਬੜੀਆਂ ਇਹ ਤਿੰਨ ਚਾਰ ਜਗ੍ਹਾ ਨੇ ਅ ਉਹ ਬੁਰੇ ਹਾਲਾਤ ਨੇ ਹਾਕੀ ਸਟੇਡੀਅਮ ਦੇ ਬੇੜੇ ਘਰ ਕੋਈ ਪੈ ਨੇ ਗੰਦ ਹਰ ਜਗ੍ਹਾ ਦੇ ਉੱਤੇ ਸਫਾਈ ਸੁਥਰਾਈ ਦਾ ਕੋਈ ਬੰਦੋਬਸਤ ਨਹੀਂ ਕੋਈ ਮਤਲਬ ਪਿੱਲਰ ਉਹਦੇ ਗਿਰਨ ਵਾਲੇ ਹੋਏ ਨੇ ਟਰਫ ਉਖੜੀ ਪਈ ਹੈ ਨਵੀਂ ਲਾਉਣੀ ਪਤਾ ਨਹੀਂ ਕਿਦੋਂ ਲਾਣੀ ਇਸੇ ਤਰ੍ਹਾਂ ਚੰਗ ਰੋਡ ਤੇ ਚੱਲ ਜਿਓ ਤੇ ਬੱਚਿਆਂ ਦੀ ਐਥਲੀ ਰਨਿੰਗ ਵਾਸਤੇ ਨਾ ਐਥਲੈਟਿਕਸ ਦੀ ਗੇਮ ਜਿਹੜੀ ਹੈ ਐਥਲੀਟਾਂ ਵਾਸਤੇ ਟਰੈਕ ਹੁੰਦਾ ਇੱਕ ਇਤਨਾ ਕਿ ਯਾਰ ਮਿਆਰੀ ਉਹ ਭੱਜ ਟੋੜ ਦਾ ਸ਼ਿਕਾਰ ਕਰੋੜਾਂ ਰੁਪਏ ਦੀ ਉਹ ਚ ਮਵਈਨਾ ਤੌਰ ਤੇ ਕ腐ਸ਼ਨ ਹੋਈ ਹੈ ਕ腐ਸ਼ਨ ਦੀਆਂ ਫਾਈਲਾਂ ਸੈਕਟਰੀ ਸਪੋਰਟਸ ਬੋਰਡ ਤੱਕ ਵੀ ਗਈਆਂ ਕੱਖ ਨਹੀਂ ਬਣਿਆ ਔਰ ਇਹੀ ਅਲਮੀਆ ਇਸ ਮੁਲਕ ਦਾ ਕਿ ਜਵਾਬ ਦੇਣ ਨੂੰ ਵੀ ਤਿਆਰ ਕੋਈ ਨਹੀਂ ਹੁੰਦਾ ਉਸ ਤੋਂ ਬਾਅਦ ਬੋੜਾਂ ਵਾਲੀ ਗਰਾਊਂਡ 'ਚ ਇੱਕ ਮੈਂ ਜਿਮ ਦੇਖਿਆ ਉਹ ਵੀ ਮੈਂ ਤੁਹਾਨੂੰ ਕਿਸੇ ਟਾਈਮ ਵੀਡੀਓ ਵੀ ਲੌਗ ਦੇ ਵਿੱਚ ਜਾ ਕੇ ਉੱਥੇ ਦਿਖਾਵਾਂਗਾ ਓਪਨ 에ਅਰ ਨਾਜ਼ਰin ਛਪਰਾ ਪਾਇਆ ਹੈ ਉੱਤੇ ਦੋ ਪੁਰਾਣੀਆਂ ਪੁਰਾਣੀਆਂ ਜੰਗ ਲੱਗੀਆਂ ਮਸ਼ੀਨਾਂ ਤੇ ਉਹ ਜਿਮ ਮੈਂ ਕਾਗਜ਼ਾਂ 'ਚ ਹੋਰੇ ਉਹਦੀ ਮੇਨਟੇਨੈਂਸ ਦੇ ਮਸ਼ੀਨਾਂ ਦੇ ਰਿਪੇਅਰ ਦੇ ਬਿਲਡਿੰਗ ਦੇ ਬਿਜਲੀ ਦੇ ਕਿੰਨੇ ਉਹਦੇ ਐਕਸਪੈਂਸੇਸ ਹੁੰਨੇ ਨੇ ਲੇਕਿਨ ਡਿਸਟ੍ਰਿਕਟ ਲੈਵਲ ਦੇ ਉੱਤੇ ਗੁਮਣ ਲੈਵਲ ਦੇ ਉੱਤੇ ਜਿਹਨੂੰ ਅਸੀਂ ਉਹਨਾਂ ਕੋਲ ਦਾ ਅਫੀਸ਼ੀਅਲ ਵਰਜ਼ਨ ਲੈਣ ਦੀ ਕੋਸ਼ਿਸ਼ ਕੀਤੀ ਤੇ ਚਿਟੀ ਨਾ ਸੀ ਉਹਨੇ ਕਹੇ ਜੀ ਅਸੀਂ ਨਹੀਂ ਦੱਸ ਸਕਦੇ ਕੁਝ ਵੀ ਜਾਓ ਆਪਣਾ ਕੰਮ ਕਰੋ ਇਹ ਮੈਂ ਸਾਰਾ ਦਿਲ ਦਾ ਉਬਾਲ ਸੀ ਹੁਣ ਤੱਕ ਦਾ ਖਬਰਾਂ ਮੈਂ ਤੁਹਾਨੂੰ ਦੱਸਦੀਆਂ ਮੇਰਾ ਖਿਆਲ ਆ ਕਾਫੀ ਲੰਬੀ ਹੋ ਗਈ ਇਨਸ਼ਾਅੱਲਾ ਕੱਲ ਮਿਲਦੇ ਆ ਕੱਲ ਦੀਆਂ ਤਾ 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 ਖਬਰਾਂ ਦੇ ਨਾਲ ਆਪਣਾ ਆਪਣੇ ਲੈਣੇ ਲੱਗਦੇ ਯਾਰਾ ਦੋਸਤਾਂ ਕਿਉਂ ਖਿਆਲ ਸ਼ਵੇਬ ﺍﻟताਫ ਨੂੰ ਜੀ ਜਿਆਜ਼ ਲਵ ਯੂ ਯਾਰ ਰਾਮ ਰੱਖਾ